प्री ऑडिशंस ਲਈ ਕੰਟੈਸਟੈਂਟਸ ਲਗਾਤਾਰ ਅੰਦਰ ਜਾ ਰਹੇ ਨੇ ਇੱਕ ਕੰਟੈਸਟੈਂਟ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਮੈਮ ਸ਼ਿਵਰਾਜ ਮੱਟੂ ਕਿੱਥੋਂ ਆਏ ਹੋ ਮੈਮ ਇੱਥੋਂ ਅੰਮ੍ਰਿਤਸਰ ਦੇ ਅੱਛਾ ਤੇ ਗੋਂਦਾ ਪੰਜਾਬ ਬਾਰੇ ਕਿੱਥੋਂ ਸੁਣਿਆ ਸੀ ਕਿ ਮੈਂ ਤਵਾਚ ਆਡੀਸ਼ਨ ਦੇ ਮੈਂ ਮੈਨੂੰ ਆਪਣੇ ਅੱਜ ਹੀ ਫਰੈਂਡ ਦਾ ਫੋਨ ਆਇਆ ਕਿ ਗੋਂਦਾ ਪੰਜਾਬ ਦੀ ਆਡੀਸ਼ਨ ਹੁੰਦੇ ਪਏ ਮੈਂ ਐਕਸਾਈਟਮੈਂਟ ਸੀ ਕਿ ਮੈਂ ਜਾਣਾ ਹੀ ਜਾਣਾ ਉੱਥੇ ਹਾਂਜੀ ਤੁਹਾਨੂੰ ਦੇਖ ਕੇ ਪੂਰਾ ਤਿਆਰੀ ਸ਼ਾਰੀ ਲੱਗ ਰਹੀ ਹੈ ਕਿ ਪੂਰੇ ਜੋਸ਼ ਨਾਲ ਆਏ ਹੋ ਤੇ ਹਾਂਜੀ ਹਾਂਜੀ ਮੈਮ ਪੂਰੇ ਜੋਸ਼ ਨਾਲ ਨਰਵਸ ਨਹੀਂ ਹੋਣਾ ਬਸ ਚੱਕ ਦੇ ਨੇ ਫੱਟੇ ਕੀ ਗਾਉਣਾ ਹੈ ਅੰਦਰ ਜਾ ਕੇ ਮੈਮ ਗਾਉਣਾ ਵਾ ਉਹਨਾਂ ਦਾ ਨਛੱਤਰ ਗਿੱਲ ਜੀ ਦਾ ਗਾਣਾ ਇੱਕ ਸਾਨੂੰ ਵੀ ਸੁਣਾ ਦਿਓ ਹਾਂਜੀ ਮੈਮ तेरे इश्क दा जादू चल गया चलदा ही रहन दे कोई तू भी दिल दी गल सुना कोई मैनू कहन दे सच कहा 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 तेरिया बाहां विच सारा जग भुल जावा मैं रब करे 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 पढ़ाइयां करन पिछों तेरे नाम दी मेहंदी लावां मैं रब करे 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 पढ़ाइयां करन पिछों तेरे नाम दी मेहंदी लावां मैं थैंक यू मैम ਕੀ ਸੁਪਨਾ ਹੈ ਤੁਹਾਡਾ ਕਿ ਜੇ ਤੁਸੀਂ ਗਾਉਂਦਾ ਪੰਜਾਬ ਚੱਕੇ ਚੱਲ ਜਾਂਦੇ ਤਾਂ ਕੀ ਸੁਪਨਾ ਪੂਰਾ ਮਤਲਬ ਕਿ ਮੈਂ ਸਟਾਰ ਬਣਨਾ ਸਿੰਗਰ ਬਣਨਾ ਹੈ ਹਾਂਜੀ ਬਸ ਇਹੀ ਮੇਰਾ ਸੁਪਨਾ ਡ੍ਰੀਮ ਤੇ ਫੈਮਿਲੀ ਕੀ ਕਰਦੀ ਹੈ ਮੈਮ ਮੇਰੇ ਪਾਪਾ ਆਟੋ ਚਲਾਉਂਦੇ ਆ ਰੋਡ ਤੇ ਮੰਮਾ ਹਾਊਸ ਵਾਈਫ ਹੈ ਹਾਂਜੀ ਅੱਛਾ ਤੇ ਕੀ ਫੈਮਿਲੀ ਪੂਰਾ ਸਪੋਰਟ ਕਰਦੀ ਹੈ ਕਿ ਹਾਂ ਪਾਪਾ ਪੂਰੀ ਸਪੋਰਟ ਕਰਦੇ ਮੰਮੀ ਕਹਿੰਦੀ ਸਟੱਡੀ ਕਰੋ ਸਟੱਡੀ ਕਰੋ ਮੈਂ ਕਹਿੰਦੀ ਮੈਨੂੰ ਗਾਣੇ ਦਾ ਇੰਨਾ ਸ਼ੌਂਕ ਹੈ ਕਿ ਸਟੱਡੀ ਵੱਲ ਕਦੀ ਧਿਆਨ ਨਹੀਂ ਲੱਗਦਾ ਤੇ ਗਾਣਾ ਗਾਈ ਜਾਂਦਾ ਤੇ ਹੁਣ ਗਾਉਂਦਾ ਪੰਜਾਬ ਚ ਕੀ ਉਮੀਦਾਂ ਲੈ ਕੇ ਆਏ ਉਮੀਦਾਂ ਹੈ ਕਿ ਮੈਮ ਅੱਗੇ ਤੱਕ ਜਾਵਾਂਗੇ ਜਜਿਸ ਨੂੰ ਪਸੰਦ ਲੱਗਾ ਕਿ ਪੂਰੀ ਆਪਣੇ ਵੱਲੋਂ ਕੋਸ਼ਿਸ਼ ਹੈ ਕਿ ਚਲੋ ਜਿੱਦਾਂ ਜਜਿਸ ਨੂੰ ਪਸੰਦ ਲੱਗਦਾ ਉਦਾਂ ਹੀ ਕਰਾਂਗੇ ਓਕੇ ਸੋ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਲਗਾਤਾਰ ਆਡੀਸ਼ਨ ਦੇ ਨਾ ਰਹੇ ਨੇ ਕਿਉਂਕਿ ਇੱਕ ਪਲੇਟਫਾਰਮ ਕਹਿ ਦਈਏ ਕਿ ਇੱਕ ਮਿਲ ਚੁੱਕਿਆ ਹੈ ਕਿਉਂਕਿ ਇੱਥੇ ਰਜਿਸਟ੍ਰੇਸ਼ਨ ਫੀ ਵੀ ਨਹੀਂ ਹੈਗੀ ਤਾਂ ਕੀ ਕਹਿਣਾ ਚਾਹੋਗੇ ਜਿਹੜੇ ਰਹਿ ਜਾਂਦੇ ਨੇ ਰੁਕ ਜਾਂਦੇ ਨੇ ਪਹਿਲਾਂ ਤਾਂ ਮੈਂ ਸ਼ੁਕਰ ਅਦਾ ਕਰਦੇ ਗੋਂਦਾ ਪੰਜਾਬ ਦਾ ਜਿਨ੍ਹਾਂ ਨੇ ਇਸ ਗਰੀਬ ਬੱਚਿਆਂ ਨੂੰ ਕੀ ਮਤਲਬ ਕਿ ਆਪਣਾ ਹੁਨਰ ਦਿਖਾਉਣ ਵਾਸਤੇ ਕਿਹਾ ਗਿਆ ਤੇ ਬਹੁਤ ਸ਼ੁਕਰੀਆ ਗੋਂਦਾ ਪੰਜਾਬ ਜਿਹੜੇ ਮਤਲਬ ਕਿ ਨਿਊ ਜਨਰੇਸ਼ਨ ਗਾਉਂਦੀ ਪਈ ਆ ਉਹਨਾਂ ਨੂੰ ਅੱਛੀ ਤਰ੍ਹਾਂ ਆਪਣੀ ਪਰਫਾਰਮੈਂਸ ਦੇਣੀ ਚਾਹੀਦੀ ਆ ਕਿ ਮਤਲਬ ਕਿ ਇਧਰ ਉਧਰ ਡਰਨਾ ਨਹੀਂ ਚਾਹੀਦਾ ਨਰਵਸ ਨਹੀਂ ਹੋਣਾ ਚਾਹੀਦਾ ਐਕਸਾਈਟਮੈਂਟ ਹੋਣੀ ਚਾਹੀਦੀ ਪੂਰੀ ਕਿ ਅਸੀਂ ਬੈਟਰ ਕਰ ਸਕਦੇ ਹਾਂ ਹਾਂਜੀ ਬਸ ਥੈਂਕ ਯੂ ਸ਼ੁਕਰੀਆ